ਥੋਪੀਆ ਇਹ ਤੇ ਰਾਜੂ ਮਾਜਰਾ ਸੀ ਆਹ ਮੁੰਡਾ ਕਹਿੰਦੇ ਕਬੱਡੀ ਵੀ ਬੜੀ ਤਕੜੀ ਖੇਡਦਾ ਜਿਹੜਾ ਸਰਦਾਰ ਆ ਥੋਪੀ ਵਾਲਾ ਇਹ ਦੁਬਈ ਵੀ ਖੇਡ ਕੇ ਆਇਆ ਮੇਰੇ ਵੀਰੋ ਮਾਂ ਖੇਡ ਕਬੱਡੀ ਨੂੰ ਇੱਕ ਤਕੜੇ ਪੈਣ ਦਾ ਵਾਧਾ ਕਰ ਦੋ ਇਹ ਆਪਣੀ ਟੀਮ ਦੇ ਲਈ ਬੜਾ ਸ਼ਾਨਦਾਰ ਮੈਚ ਸ਼ੁਰੂ ਹੋ ਗਿਆ ਜਿੱਥੋਂ ਦੇ ਬਿੰਦੂ ਵਰਗੇ ਥੋਪੀਆ ਵਾਲੇ ਕਹਿੰਦੇ ਬੱਲੇ ਬੱਲੇ ਕਰਵਾਉਂਦੇ ਆ ਉਸੇ ਪਿੰਡ ਦਾ ਪਰ ਹੁਣ ਦੇਖਾਂਗੇ ਦੂਸਰੇ ਪਾਸੇ ਤੋਂ ਐਨ ਇੱਕੇ ਸੈੱਟ ਲੱਗਣਾ ਜੀ ਦੋ ਇੱਕ ਪੱਚੀਆਂ ਦਾ ਇੱਕੇ ਸੈੱਟ ਆ ਇਹ ਨੋਟ ਕਰ ਲੈਣਗੇ ਦੋਵੇਂ ਟੀਮਾਂ ਸੀ ਰਾਜੂ ਮਾਜਰਾ ਸੀ ਟੀਮ ਖੇਡਦੀ ਨਜ਼ਰ ਆ ਰਹੀ ਹੈ ਦੋ ਇੱਕ ਤਿੰਨ ਇੱਕ ਤਿੰਨ ਇੱਕ ਚੱਲਦਾ ਮੈਚ ਬੜਾ ਸ਼ਾਨਦਾਰ ਤਿੰਨ ਇੱਕ ਦੇ ਪੁਆਇੰਟ ਬਹੁਤ ਵਧੀਆ ਸ਼ਾਨਦਾਰ ਮੈਚ ਦੇਖਣ ਨੂੰ ਮਿਲ ਰਿਹਾ ਇਸ ਮੈਚ ਕੱਲ ਜਿਹੜੇ ਭਰਾ ਸਾਡੇ ਮੈਚ ਦੇ ਉੱਤੇ ਪੁਆਇੰਟ ਦੱਸਦੇ ਆ ਉਹ ਇਸ ਮੈਚ ਦੀ ਗੱਲ ਕਰਨਗੇ ਕਰਦੇ ਭਾਈ ਕਮੈਂਟਰੀ ਕੋਈ ਗੱਲ ਨਹੀਂ ਠੀਕ ਹੈ ਭਰਾ ਥੋਪੀਆ ਵਾਲੇ ਕੋਚ ਸਾਹਿਬ ਜੀ ਕਿੱਥੇ ਨੇ ਥੋਪੀਆ ਵਾਲੇ ਕੋਚ ਸਾਹਿਬ ਬਹੁਤ ਹੀ ਵਧੀਆ ਸ਼ਾਨਦਾਰ ਪੁਆਇੰਟ ਥੋਪੀਆ ਵਾਲੇ ਕੋਚ ਸਾਹਿਬ ਜੀ ਸਾਡੇ ਸਾਡਾ ਬਹੁਤ ਛੇ ਦੋ ਸੁਭਾਸ਼ ਚੰਦਰ ਜੀ ਸਾਡੇ ਜਿੱਥੇ ਨੇ ਸੁਭਾਸ਼ ਭਾਟੀਆ ਜੀ ਉਹ ਗੱਲ ਕਰਨਗੇ ਇਸ ਮੈਚ ਦੀ ਕਿਉਂਕਿ ਹੁਣ ਦੇ ਸਮਿਆਂ ਦੇ ਖਿਡਾਰੀ ਖੇਡਦੇ ਨਜ਼ਰ ਆ ਰਹੇ ਆ ਸੁਭਾਸ਼ ਭਾਜੀ ਉਹ ਗੱਲ ਕਰਨਗੇ ਅਗਲੇ ਮੈਚ ਤੋਂ ਫਿਰ ਮੈਂ ਡਿਊਟੀ ਸਾਂਭ ਸੋਹਣਾ ਚਾਰ ਸੱਤ ਅੱਠ ਚਾਰ ਸੀ ਟੀਮ ਦਾ ਕੋਚ ਪਾਣਾ ਨੌ ਚਾਰ ਦਸ ਚਾਰ ਭਾਈ ਅਗਲੀਆਂ ਟੀਮਾਂ ਵੀ ਤਿਆਰ ਪਰ ਤਿਆਰ ਹਨ ਜੀ ਤਖਤਾਣਾ ਵਾਰਸੇ ਯੋਧੇ ਨਾਲ ਗਿਆਰਾਂ ਚਾਰ ਬਾਰਾਂ ਚਾਰ ਤੇਰਾਂ ਚਾਰ ਚੌਦਾਂ ਚਾਰ
15 4 16 4 17 5 टीमां तकताना वर्सेस उतनवा ताना बार से उसने बार आई दोन टीमा तैयार हो गए ग्राउंड दे लग गया जी दस छब्बीस दस
ਬਹੁਤ ਹੀ ਸੋਹਣਾ ਪ੍ਰਦਰਸ਼ਨ ਕਰਦੀ ਹੋਈ ਰਾਜੂ ਮਾਜਰਾ ਸੀ ਟੀਮ, ਜਿਹਦੇ ਵਿੱਚ ਇੰਟਰਨੈਸ਼ਨਲ ਖਿਡਾਰੀ ਸੁਨੀਲ ਭਾਟੀਆ, ਲਾਡੀ ਗਗਨ ਭਾਟੀਆ, ਬਹੁਤ ਸੋਹਣੀ ਸਰਵਿਸ ਪੱਟੀ 27-11 ਤਖਤਾਣਾ ਵਾਸਤੇ ਉਹਦੇ ਨਾਲ ਅਗਰ ਖੇਡਣ ਉਹਦੇ ਲੱਗ ਗਏ ਹਾਂਜੀ ਉਹਦੇ ਬਾਅਦ ਤਗਧਾਣਾ ਉਦਨਵਾਗ ਤੋਂ ਬਾਅਦ ਰਾਜੂ ਮਜਰਾ ਏ ਵਾਸਤੇ ਥੋਪੀਆ ਵੀ ਇਹ ਵੀ ਤਿਆਰ ਤੋਂ ਤਿਆਰ ਹਨ ਜੀ ਭਾਈ ਅਗਲੀ ਟੀਮ ਤਖਤਾਣਾ ਵਾਸਤੇ ਉਦਨਵਾ ਉਸ ਤੋਂ ਅਗਲਾ ਰਾਜੂ ਮਾਜਰਾ ਏ ਵਾਸਤੇ ਥੋਪੀਆ ਵੀ ਇਹ ਵੀ ਤਿਆਰ ਤੋਂ ਤਿਆਰ ਹਨ ਜੀ ਟੀਮ ਕਰਾਉਣ ਚ ਆ ਗਈ ਤਖਤਾਣਾ ਜਲਦੀ ਜਲਦੀ ਆ ਜੀ ਤਖਤਾਣੇ ਦੀ ਟੀਮ ਪਹੁੰਚੀ ਨਹੀਂ 2 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਤੁਹਾਨੂੰ